हेलो गाइस, कैसे याद कर सकते हो तुम भी ना रहे जय सर भारत माता की। ਸਾਈ ਸੀ ਵਦਰ ਵਲੌਗ ਤੇ ਸਾਡਾ ਆਪਾਂ ਖੀਰਾ ਆ ਤੇ ਦੋਸਤੋ ਹੁਣ ਇਹ ਕੋਲੀ ਆ ਇਹਦੀ ਮਸਾਲਾ ਪਾਇਆ ਦਾ ਤੇ ਹੁਣ ਇਹ ਤੜਕਾ ਲੱਗਣਾ ਆ ਦੇਖੋ ਪਰਾ ਪਰਾ ਹੀ ਉਹ ਇਹ ਦੇਖੋ ਲੱਗਿਆ ਕਰਕੇ ਤਾਂ ਪਿੱਛੇ ਕੇ ਜਿਰਮਿਰ ਕਿਆ ਹੋਦਾ ਉਹ ਸੱਚ ਜਿਰਮਿਰ ਹੋਣਾ ਹੀ ਹੈ ਜਿਰਮਿਰ ਮਸਾਲਾ ਤਿਆਰ ਦੋਸਤੋ ਦੇਖੋ ਕਿੰਨੀ ਯੂਨੀਕ ਚੀਜ਼ ਬਣਾਈ ਜਾਂਦਾ ਇਹ ਕੀ ਆ ਪਜਾਮੇ ਦੇ ਅੰਦਰ ਮਾਰੇ ਪਜਾਮੇ ਦੇ ਅੰਦਰ ਬੋਤਲਾਂ ਪਾਈ ਦੀਆਂ ਔਰ ਨਿਆਣੇ ਜਿਹੜੇ ਇੱਥੇ ਨਵਾ ਕਰਦੇ ਨੇ ਇਹਦੇ ਕਹਿੰਦਾ ਕਹਿੰਦਾ ਬੰਦਾ ਡੁੱਬਦਾ ਨਹੀਂ ਹੈ ਇਹਨੇ ਸਾਰੇ ਤੋਂ ਭਾਈ ਦੀਆਂ ਬੋਤਲਾਂ ਡੋਗਰੇ ਹੋ ਕੇ ਹਾਲ ਚਾਲ ਅਤੇ ਮੈਂ ਤੁਹਾਡਾ ਆਪਣਾ ਦੋਸਤ ਸਾਹਿਲ ਸੇਵਾਦਾਰ ਅਤੇ ਅੱਜ ਫਿਰ ਲਈ ਆਇਆ ਤੁਹਾਡੇ ਵਾਸਤੇ ਇੱਕ ਨਵਾਂ ਬਲੌਗ ਹੈਲੋ ਵੀਰ ਬਣ ਜੈ ਸ਼੍ਰੀ ਰਾਮ ਜੈ ਮਹਾਕਾਲ ਹਰ ਹਰ ਮਹਾਦੇਵ ਜੈ ਡੁੱਗਰ ਜੈ ਮਾ ਡੋਗਰੀ ਆਵਾਂ ਸਾਹਿਲ ਸੇਵਾਦਾਰ ਅਤੇ ਤੁਸੀਂ ਲੋਕ ਦਿਖਾ ਕਰਦੇ ਹੋ ਸਾਹਿਲ ਸੇਵਾਦਾਰ ਦਾ ਬਲੌਗ ਔਰ ਕਠੂਏ 'ਚ ਕਾਫੀ ਜ਼ਿਆਦਾ ਮਸ਼ਹੂਰ ਹੈ ਸਾਡਾ ਡ੍ਰੀਮਲੈਂਡ ਪਾਰਕ ਲੇਕਿਨ ਅੱਜ ਮੈਂ ਤੁਹਾਨੂੰ ਲਈ ਜਾ ਕੇ ਮੈਂ ਇੱਕ ਐਸੀ ਜਗ੍ਹਾ ਜਿਹੜੀ ਡ੍ਰੀਮਲੈਂਡ ਪਾਰਕ ਵੀ ਫੇਲ ਕਰਦੀ ਹੈ ਕਿਉਂਕਿ ਜਿਹੜੀ ਚੀਜ਼ ਆਪੇ ਹੀ ਤਿਆਰ ਕਰਨੀ ਹੁੰਦੀ ਨਾ ਉਸ ਚੀਜ਼ ਦਾ ਮਜ਼ਾ ਕੁਛ ਹੋਰ ਹੈ ਅਤੇ ਪਿਊਸ਼ ਹੋਰ ਮੇਰੇ ਕਹਿਣਾ ਚਾਹੀਦਾ ਨਾ ਔਰ ਪਿਊਸ਼ ਕੀ ਬੋਰੀ 'ਚ ਕੀ ਕੀ ਪਾਇਆ ਬੋਰੀ ਪਾਇਆ ਸਿਲੰਡਰ ਹਾਂ ਕੜਾਹੀ ਹਾਂ ਤੇਲ ਬਸ ਮੈਗੀ ਨਹੀਂ ਨਹੀਂ ਦੱਸਣਾ ਨਹੀਂ ਫਿਰ ਚਲੋ ਕੋਈ ਗੱਲ ਨਹੀਂ ਅਤੇ ਕੜਾਹੀ ਅਤੇ ਸਿਲੰਡਰ ਅਤੇ ਕੜਛੀ ਵਗੈਰਾ ਅਤੇ ਲੂਣ ਮਿਰਚ ਮਸਾਲੇ ਅਤੇ ਉਹਦੇ ਬਾਅਦ 'ਚ ਮੈਗੀ ਅਤੇ ਕਹਿੰਦਾ ਟਮਾਟਰ ਗੰਢੇ ਵਗੈਰਾ ਜੋ ਵੀ ਹੈ ਸਭ ਕੁਝ ਲੈ ਲਿਆ ਅਤੇ ਹੁਣ ਅਸੀਂ ਜਾ ਕਰਨੇ ਹਾਂ ਆਪਣਾ ਡ੍ਰੀਮਲੈਂਡ ਪਾਰਕ ਜਿਹੜਾ ਹੈ ਕਠੂਏ ਵਾਲਾ ਉੱਥੇ ਨਹੀਂ ਜਾਣਾ ਹੈ ਲੇਕਿਨ ਬੁੱਧੀ ਵਾਲੇ ਜਾਣਾ ਸੀ ਅਤੇ ਚਲੋ ਚਲ ਜੇ ਅਤੇ ਆਏ ਲੈ ਫਿਲਹਾਲ ਅਸੀਂ ਦੋ ਹੀ ਬੰਦੇ ਹਾਂ ਅਤੇ ਬਾਕੀ ਦੀ ਜਿਹੜੇ ਬੰਦੇ ਨੇ ਉਹ ਪਿੱਛੇ ਆਵਾ ਕਰਦੇ ਨੇ ਅਤੇ ਉਹਦੇ ਕੰਨੇ ਮਿਲਾਉਣੇ ਚਲੋ ਚਲ ਇਸ ਤਰ੍ਹਾਂ ਪੁੱਜੀ ਚੁੱਕੇ ਦੇ ਦੋਸਤੋ ਇਹ ਉੱਤੇ ਮੋਟਰਸਾਈਕਲ ਇੱਥੇ ਲਾਈ ਰਿਹਾ ਹੈ ਅਤੇ ਇਹ ਪਾਣੀ ਜਿਹੜਾ ਹੈ ਚਲਾ ਕਰਦਾ ਇਹ ਨਹਿਰ ਦਾ ਪਾਣੀ ਹੈ ਅਤੇ ਪਿਊਸ਼ ਹੋਰ ਜ਼ਿਆਦਾ ਸਮਾਨ ਲਈ ਹੈ ਬਣਾ ਰਸੋ ਕਿੱਥੇ ਬਣਾਉਣੀ ਹੈ ਅਤੇ ਦੋਸਤੋ ਇਹ ਆਈ ਹੈ ਪਟਰੀ ਅਤੇ ਜਸਟ ਹੁਣ ਜਿਹੜੀ ਹੈ ਉਹ ਦੇਖੋ ਬੰਦੇ ਭਾਰਤ ਜਿਹੜੀ ਹੈ ਉਹ ਨਿਕਲੀ ਹੈ ਇੱਥੋਂ ਹੁਣ ਇਹ ਦੇਖੋ ਤੂੰ ਵੀ ਸੋਚਿਆ ਤੁਹਾਨੂੰ ਪਾਣੀ ਕੁਦਰਾ ਕੁਦਰਾ ਖੇਤਰੋ ਖੇਤਰ ਅਤੇ ਬਾਅਦ 'ਚ ਪਟਰੀਆਂ ਅਤੇ ਕਿਹੜੀ ਪਾਰਟੀ ਹੋ ਜਾਈਏ ਇਹੋ ਮੈਨੂੰ ਲੱਗਾ ਤੂੰ ਕੁਦਾ ਕਢਾਣੀ ਝਾੜੀ ਇੱਥੇ ਇਹ ਦੇਖੋ ਮੁੰਡੇ ਅੱਗੇ ਨਜ਼ਾਰੇ ਲੈ ਦੇ ਹਾਏ ਹੈਲੋ ਗਾਇਸ ਕੈਸੇ ਯਾਦ ਕਰ ਸਕਤੇ ਹੋ ਤੁਮ ਵੀ ਨਾ ਰਹੇ ਤੇ ਇੱਥੇ ਹੁਣ ਅਸੀਂ ਨਹਾਉਣਾ ਹੈ ਅਤੇ ਇੰਜੋਏ ਕਰਨਾ ਹੈ ਅਤੇ ਉਹਦੇ ਬਾਅਦ 'ਚ ਕੰਨੋ ਕੰਨੀ ਜਿਹੜੀ ਹੈ ਮੈਗੀ ਜਿਹੜੀ ਆ ਉਹ ਬਣਾਉਣੀ ਹੈ ਅਤੇ ਇੱਥੇ ਰਸੋ ਲਾ ਆਪਣੀ ਜਾਂ ਬਣਾਈਏ ਲੈ ਰਸੋ ਪੂਰੀ ਇਹ ਦੇਖੋ ਮਾਰਾ ਕੜੀ ਪੱਤਾ ਬੈਂਗਲੋਜ ਹੋ ਗਿਆ ਮੈਂ ਅਤੇ ਪਤਾ ਮੁੱਲਾ ਖਰੀਦਦੇ ਇੱਥੇ ਮਾਏ ਲੈਂਦਾ ਕੋਈ ਨਹੀਂ ਹੈ ਮੁਫਤ ਵੀ ਨਹੀਂ ਲੈਂਦੇ ਦੋਸਤੋ ਦੇਖੋ ਕਿੰਨੀ ਯੂਨੀਕ ਚੀਜ਼ ਬਣਾਈ ਜਾਂਦਾ ਇਹ ਕੀ ਹੈ ਪਜਾਮੇ ਦੇ ਅੰਦਰ ਮਾਰੇ ਪਜਾਮੇ ਦੇ ਅੰਦਰ ਬੋਤਲਾਂ ਪਾਈ ਦੀਆਂ ਔਰ ਨਿਆਣੇ ਜਿਹੜੇ ਇੱਥੇ ਨਵਾ ਕਰਦੇ ਨੇ ਇਹਦੇ ਕਹਿੰਦਾ ਕਹਿੰਦਾ ਬੰਦਾ ਡੁੱਬਦਾ ਨਹੀਂ ਹੈ ਨੀ ਇਹਨੇ ਸਾਰੇ ਤੁਸੀਂ ਪਾਈ ਦੀਆਂ ਬੋਤਲਾਂ ਦੱਸਾਂ ਇਹ ਦੇਖੋ ਮਾਰਾ ਕਿਆ ਸਕੀਮ ਹੈ ਇਹ ਸਕੀਮ ਸਿਰਫ ਸਾਡੇ ਕੰਡੀ ਦੇ ਲੋਕ ਕੱਢੀ ਸਕਦੇ ਨੇ ਸ਼ਹਿਰ ਦੇ ਲੋਕ ਨਹੀਂ ਕੱਢੀ ਸਕਦੇ ਪਜਾਮੇ ਦੇ ਅੰਦਰ ਬੋਤਲਾਂ ਪਾਈ ਦੀਆਂ ਅਤੇ ਬੰਦਾ ਡੁੱਬ ਨਹੀਂ ਸਕਦਾ ਵਿੱਚ ਮਾਰਾਂ ਛਾਲ ਵਿੱਚ ਪਰ ਨਹੀਂ ਨਹੀਂ ਮਾਰਾਂ ਛਾਲ ਪਰ ਇਹ ਦੇਖੋ ਬੰਦਾ ਡੁੱਬ ਨਹੀਂ ਸਕਦਾ ਹੁਣ ਦੇਖੋ ਤੇਰਾ ਬੋਤਲ ਨੇ ਕਿਆ ਬਾਤ ਹੈ ਹੋਰ ਵੀ ਸਾਡੇ ਬੰਦੇ ਆਏ ਸਾਹਮਣੇ ਫਿਲਹਾਲ ਅਸੀਂ ਤਿੰਨ ਜਣੇ ਪੁੱਜੀ ਹੈ ਬਈ ਉੱਧਰ ਸਾਹਮਣੇ ਆਵਾ ਕਰਦੇ ਦੋਸਤੋ ਇਹ ਲੱਗੀ ਸਾਡੀ ਰਸੋ ਪਹਿਲਾਂ ਮਾਰੀਆਂ ਇੱਕ ਇੱਕ ਡੁਬਕੀ
ਤੇ ਫਿਰ ਅਸੀਂ ਸੋਚੋ ਨਾ ਉਹ ਸੋਚੋ ਬਣਾਉਣੀ ਰੋਟੀ ਜਿਹੜੀ ਵੀ ਇੱਥੇ ਆਈਟਮ ਬਣਾ ਦੀ ਨਾ ਨਾ ਛਾਲ ਮਾਰ ਤੂੰ ਮੀ ਆਖਾਂ ਛਾਲ ਮਾਰਿਆ ਤੂੰ ਮਾਰਾਂ ਪਹਿਲਾਂ ਤੂੰ ਮਾਰਾਂ ਬਾ ਮੈਂ ਤਾਂ ਮਾਰ ਲੈਣੀ ਹੈ ਮੈਂ ਦੇਖਾ ਤੂੰ ਕਿੰਨੀ ਛਾਲ ਮਾਰਨਾ ਤੂੰ ਵਾਲਾ ਦੇ ਜਾਣ ਤੂੰ ਵੀ ਚਾਪੀ ਮਾਰੀ ਮੈਂ ਜੀ ਹੈ ਚੱਲ 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 ਹੈ ਮਾਰ ਛਾਲ ਇੱਕ ਦੋ ਮਾਰ ਮਾਰ ਚੱਲ ਗੋਤਾ ਮਾਰ ਦਲੇਰੀ ਹੈ ਨੀ ਤੇਰੀ ਜੋੜੀ ਏ ਫੜੀ ਫੜੀ ਨਾ ਦੇ ਫਿਰ ਬੁੱਢਿਆਂ ਲੱਗਾ ਫੜੀ ਫੜੀ ਨਾ ਆਈ ਨੀ ਗੱਲ ਏ ਨਹੀਂ ਕਿੰਨੇ ਜਾਣਾ ਥੱਲੇ ਡਿਸਪਲੇ ਟੁੱਟ ਗਈ ਵਿੱਚ ਪਾਣੀ ਪੈ ਜਾਣਾ ਚੱਲ ਸਬਜ਼ੀ ਜੀ ਕੀ ਬਣਾ ਜੇ ਕਰੰਚੀ ਮੋਮੋ ਜੀ ਬੇਗੂ ਬਣਾ ਲੋਕ ਵੀਡੀਓ ਦਿਖਾ ਦੇਣੇ ਹੈਲੋ ਜੈਨ ਸਰ ਸਰ ਪਾਰਟੀ 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 ਜੈਨ ਸਰ ਭਾਰਤ ਮਾਤਾ ਕੀ ਵੰਦੇ ਭਾਰਤ ਮਾਤਾ ਕੀ ਜੈਨ ਸਾਹਿਬ ਭਾਰਤ ਮਾਤਾ ਕੀ ਸਾਹਿਲ ਸਿਵਾਦਾਰ ਬਲੌਗ ਦੋਸਤੋ ਸਮਾਨ ਜਿਹੜਾ ਆ ਲਗਭਗ ਸਾਰਾ ਤਿਆਰ ਹੋ ਗਿਆ ਔਰ ਕੜੀ ਪੱਤੇ ਦਾ ਵੀ ਤੜਕਾ ਲਾਉਣਾ ਸੀ ਮੈਗੀ 'ਚ ਅੱਜ ਅਤੇ ਫਿਲਹਾਲ ਹੁਣ ਪਾਣੀ ਸਾਡਾ ਜਿਹੜਾ ਆ ਉਹ ਆਵਾ ਦਾ ਆ ਬਸ ਹੋਰ ਆਬੋ ਹੋਰ ਵੀ ਆਈ ਦੇ ਨੇ ਸਾਰੇ ਕੋਈ ਕੋਲਡ ਡਰਿੰਕ ਦੀ ਬੋਤਲ ਵੀ ਆਈ ਦੀ ਆ ਬਾਪੂ ਬਾਪੂ ਵੀਰੇ ਬਾਪੂ ਬਾਪੂ ਰੱਸੀ ਲਾਓ ਰੱਸੀ ਅਤੇ ਬੋਤਲ ਬਣਾਓ ਛੋਟੇ ਵਾਲੀ ਤੁਸੀਂ ਅਤੇ ਦੋਸਤੋ ਸਾਰਾ ਸਮਾਨ ਜਿਹੜਾ ਲਗਭਗ ਤਿਆਰ ਹੋਈ ਦਾ ਹੁਣ ਪਾਣੀ ਜਿਹੜਾ ਆ ਪਹਿਲਾਂ ਹੀ ਪਹਿਲੇ 'ਚ ਕਿੱਥੇ ਰਿਹਾ ਪਾਣੀ ਇਹ ਦੇਖੋ ਪਾਣੀ ਆਈ ਦਾ ਅਤੇ ਅੱਜ ਮੈਗੀ ਬਣਾਉਣੀ ਆ ਉੜੀ ਕਿ ਮੈਗੀ ਪਹਿਲਾਂ ਬਣਨੀ ਅਤੇ ਤੜਕਾ ਜਿਹੜਾ ਬਾਅਦ ਲੱਗਣਾ ਮੈਗੀ ਲਫਾਫੇ 'ਚ ਮੱਚ ਸੀ ਲੱਭਾ ਦੇ ਕਸ਼ੋ ਪੈਂਦੀ ਪਾਣੀ ਪਾਉੜਿਆ ਇਹਦੇ 'ਚ ਉਹ ਮੈਗੀ ਪਾਣੀ ਇਹਦੇ 'ਚ ਦੋਸਤੋ ਮੈਗੀ ਵੀ ਪਾਈ ਡੀ ਵਿੱਚ ਔਰ ਕੜੀ ਪੱਤਾ ਵੀ ਜਿਹੜਾ ਉਹ ਪਾਈ ਡਿਆ ਵਿੱਚ ਅਤੇ ਹੁਣ ਜਿਹੜਾ ਹੈ ਇਹ ਸਮਾਨ ਗੰਢੇ ਦੇ ਸ਼ਿਲਾ ਮਿਰਚ ਹਰੀ ਮਿਰਚ ਇਹ ਵੀ ਜਾਣੀ ਕੰਨੀ ਵਿੱਚ ਤਾਂ ਸੋਚਿਆ ਵੀ ਪਾਣੀ ਕਿ ਡੂੰਘਾਨ ਜਿਹਾ ਬਣਾ ਦਾ ਹੈ ਮੈਗੀ ਬੜੀ ਤਕੜੀ ਬਣਨੀ ਹੈ ਟਮਾਟਰ ਵੀ ਜਿਹੜੇ ਨੇ ਮੈਂ ਥੋੜ੍ਹੇ ਬਰੀਕ ਕਰ ਲੈਣਾ ਪਹਿਲਾਂ ਅਤੇ ਦੋਸਤੋ ਫਿਲਹਾਲ ਮੈਗੀ ਜਿਹੜੀ ਲਗਭਗ ਸਾਰੀ ਗਲੀ ਚੁੱਕੀ ਦੀ ਆ ਔਰ ਇਹਦੇ 'ਚ ਹੁਣ ਅਸੀਂ ਮਸਾਲਾ ਤੜਕਾ ਜਿਹੜਾ ਹੈ ਉਹ ਲਾਉਣਾ ਹੈ ਅਤੇ ਇੱਧਰ ਇਹਦੇ ਮਸਾਲਾ ਇਹ ਮਸਾਲਾ ਜਿਹੜਾ ਹੈ ਤਿਆਰ ਹੋਇਆ ਕਰਦਾ ਇੱਥੇ
ਦੋਸਤੋ ਮੈਗੀ ਜਿਹੜੀ ਹੈ ਤਿਆਰ ਹੋਈ ਤੇ ਮੈਂ ਅੱਗੇ ਪਾਸੇ ਮਾਰੋ ਪਹਿਲਾਂ ਮੈਗੀ ਜਿਹੜੀ ਹੈ ਉਹ ਗਲੀ ਦੀ ਹੈ ਤੇ ਹੁਣ ਜਿਹੜਾ ਹੈ ਇਹ ਮਸਾਲਾ ਹੈ ਇਸੀ ਹੁਣ ਤੜਕਾ ਲੱਗਣਾ ਹੈ ਲਾਈਵ ਤੜਕਾ ਲੱਗਣਾ ਤੁਹਾਡੇ ਸਾਹਮਣੇ ਇਹ ਤੜਕਾ ਤੁਹਾਨੂੰ ਲਾਇਆ ਨਹੀਂ ਹੋਣਾ ਸ਼ਾਇਦ ਮੇਰੇ ਸ਼ਾਇਦ ਦਾਲੀ ਤੜਕਾ ਲੱਗਦਾ ਜੀ ਦਾਲ ਲਾਉਂਦੇ ਕਿੰਨੇ ਤੜਕਾ ਲੱਗਣਾ ਹੋਣੇ ਅਤੇ ਗਰਮ ਹੋ ਲੈ ਤੇਲ ਪਕਾਏ ਲਾਇਓ ਪਹਿਲਾਂ ਤੇਲ ਪੱਕੇ ਜਾਣਾ ਹੈ ਤੇਲ ਸਾਡਾ ਪੱਕੀ ਦਾ ਹੈ ਅਤੇ ਦੋਸਤੋ ਹੁਣ ਇਹ ਕੋਲੀ ਹੈ ਇਹਦੀ ਮਸਾਲਾ ਪਾਇਆ ਦਾ ਅਤੇ ਹੁਣ ਇਹ ਤੜਕਾ ਲੱਗਣਾ ਹੈ ਦੇਖੋ ਪਰਾ ਪਰਾ ਹੀ ਹੋ ਇਹ ਦੇਖੋ ਲੱਗਿਆ ਕਰਕੇ ਤਾਂ ਥੋੜਾ ਜਿਹਾ ਪਾਣੀ ਦੇ ਪੈ ਲੈਣ ਕੋਲੀ ਚ ਇਹ ਬਣੀ ਆ ਹੁਣ ਕੰਮ ਖਰਾਬ ਤੇ ਦੋਸਤੋ ਇਹ ਮੈਗੀ ਆਈ ਮੁੜੀ ਆ ਉੱਪਰ ਕੜਾਈ ਦੇ ਕੜਾਈ ਦੇ ਮੇਰਾ ਸਿਲੰਡਰ ਸਿਲੰਡਰ ਦੇ ਉੱਪਰ ਠੀਕ ਹੈ ਸਾਥੀ ਗਲਾਂ ਕਿ ਥੋੜ੍ਹਾ ਨਜ਼ਦੀਕ ਆਵੇ ਮੈਗੀ ਜਿਹੜਾ ਆ ਆਪਣਾ ਫਲੇਵਰ ਜਿਹੜਾ ਦਿਆ ਕਰਦੀ ਹੈ ਰੰਗ ਦੇ ਆਈ ਮੇਰਾ ਰੰਗ ਦੇ ਦੇਣਾ ਹੀ ਹੈ ਤੁਸੀਂ ਤਾਂ ਟੁੱਬੀ ਜੀ ਮੇਰੇ ਅਤੇ ਮੈਗੀ ਸਾਡੀ ਜਿਹੜੀ ਹੈ ਗੜਕੀ ਪੈ ਦੀ ਹੈ ਅਤੇ ਸੋਚਿਆ ਕਿ ਥੋੜ੍ਹਾ ਜਿਹਾ ਮੈਗੀ 'ਚ ਖੜਕਾਸ ਵੀ ਹੋਇਆ ਅਤੇ ਮਜ਼ਾ ਆਉਂਦਾ ਥੋੜ੍ਹਾ ਅਤੇ ਦੋਸਤੋ ਨਿੰਬੂ ਵੀ ਜਿਹੜਾ ਸੀ ਥੋੜ੍ਹਾ ਨਚੋੜ ਲਿਆ ਇਹਦੇ 'ਚ ਅਤੇ ਮੈਂ ਸੁਣਦਾ ਫੈਂਟਾ ਵਾਲੀ ਕੋਲਡ ਡਰਿੰਕ ਹੁੰਦੀ ਮੈਗੀ ਬੜੀ ਵਾਰੀ ਵੀਡੀਓ ਦੇਖੀ ਮੈਂ ਔਨਲਾਈਨ ਉਹ ਬਾਈ ਬਣਾਗੇ ਅਗਲੇ ਵਾਰੀ ਪਹਿਲਾਂ ਜਿਹੜੀ ਨਿੰਬੂ ਨਿਕਲ ਜਾਂਦੇ ਚਲੋ ਦੋਸਤੋ ਕੋਲਡ ਡਰਿੰਕ ਘੰਟਾ ਜਿਹਾ ਦੇ ਦਿੱਤੇ ਮਹਾਂ ਗਰਮ ਹੋਈ ਜਾਣੀ ਹੈ ਅਤੇ ਲੇਕਿਨ ਅਸੀਂ ਆਪਣੀ ਪੇਂਡੂ ਗਰਾਈ ਵਾਲੀ ਸਕੀਮ ਲਾਈ ਅਤੇ ਨਹਿਰਾਂ ਦੇ ਵਿੱਚ ਜਿਹੜੀ ਹੈ ਅਤੇ ਲਾਈਟ ਦੀ ਬੋਤਲ ਵਿੱਚ ਅਤੇ ਹੋਰ ਚਾਕੀ ਲਾਈ ਦੀ ਹੈ ਹੁਣ ਠੰਡੀ ਹੋਣੀ ਵਾਲੀ ਹੈ ਠੰਡੀ ਹੋ ਗਈ ਨਹੀਂ ਪੈਸੇ ਇਸ ਲਈ ਅਤੇ ਸਾਰੇ ਗਾਈਜ਼ ਆਏ ਦੇ ਇੱਥੇ ਜੀ ਕੇ ਕਿੱਥੇ ਪੁੱਜੀ ਮੈਗੀ ਮੈਗੀ ਕਠੂਆ ਮੈਗੀ ਗੜਕੀ ਪੈਦੀ ਹੈ ਅਤੇ ਚਲੋ ਫਿਰ ਪੱਤਰਾ ਪੁੱਤਰਾ ਲਈ ਜਾਓ ਆਪਣੀਆਂ ਚਲੋ ਗਾਈਜ਼ ਵੀਰੇ ਚੱਲ ਜਾ ਖਾਚਾ ਓਕੇ ਜੈ ਸ਼੍ਰੀ ਰਾਮ ਪਲੇਟਾਂ ਦੇ ਚਮਚੇ ਦੇ ਦੇ ਸਾਰੇ ਪਾਈ ਪਾਈ ਬਾਲਦੇ ਨੀ ਬਾਣੀ ਬਾਲ ਬਾਣੀ ਉਹ ਸਭ ਕੁਛ ਰਿਕਾਰਡ ਹੋਇਆ ਮੀ ਕੋਈ ਪਤਾ ਨਹੀਂ ਹੈ ਮੈਂ ਕਰਨਾ ਨਹੀਂ ਤੂੰ ਇਹ ਦੇਖੋ ਇਹ ਸੰਸਕਾਰ ਜਿਹੜੇ ਨੇ ਪਾਣੀ ਕਿਹੜੇ ਮਾਂ ਪਿਓ ਨੇ ਦਿੱਤੇ ਅਸੀਂ ਇਹ ਪਾਈਏ ਤੇ ਆਪੂ ਪਾਈ ਲਈ ਮਤਲਬ ਲੋਕ ਪਹਿਲਾਂ ਪਾਈ ਦਿੰਦੇ ਸਾਰੇ ਪਹਿਲਾਂ ਸਰਵ ਕਰਦੇ ਲੋਕ ਇਹ ਉਹ ਲੋਕ ਹੁੰਦੇ ਜਿਹੜੇ ਆਦਿ ਮਾਨਵ ਹੁੰਦੇ ਜਿਹੜੇ ਆਦਿਵਾਸੀ ਜਿਹੜੇ ਜਿਹੜਾ ਦੇਖਿਆ ਰੱਖ ਰਿਹਾ ਅਸੀਂ ਜੰਗਲ 'ਚ ਆਏ ਦੇ ਮੈਂ ਚਲੋ ਇੱਧਰ ਆਦਿਵਾਸੀ ਰਹਿੰਦੇ ਨੇ ਇਹ ਦੇਖੋ ਬਾਕੀ ਸਾਰੇ ਕੱਪੜੇ ਪਾਏ ਦੇ ਇਹ ਵਗੈਰ ਕੱਪੜੇ ਆਦਿਵਾਸੀ ਤਾਂ ਇਹਨੇ ਪਹਿਲਾਂ ਆਪਣੇ ਹੀ ਪਾਇਆ ਦੇਖੋ ਮਾਰੇ ਅਬੂ ਦਾ ਚੁਣਿਆ ਕਿਹੜਾ ਡੇਟ ਹੈ ਨਹੀਂ ਸ਼ਰਮ ਨਹੀਂ ਜੀ ਜਾਂ ਬਿੜੀ ਆਖਣੀ ਨਹੀਂ ਸ਼ਰਮ ਨਹੀਂ ਜੀ ਪਾ ਪਾ ਕੋਲਡ ਡਰਿੰਕ ਅਤੇ ਦੋਸਤੋ ਗਰਮੀ ਬੜੀ ਹੈ ਔਰ ਠੰਡ ਦਾ ਮਜ਼ਾ ਜਿਹੜਾ ਹੈ ਪੂਰਾ ਲਿਆ ਆ ਦੋ ਤਿੰਨ ਘੰਟੇ ਇੱਥੇ ਹੁਣ ਮੈਗੀ ਸ਼ੈਗੀ ਬਣਾਈ ਆ ਅਤੇ ਪੂਰਾ ਇੰਜੋਏ ਕੀਤਾ ਇੱਥੇ ਹੁਣ ਚੱਲਦੇ ਹਾਂ ਅਸੀਂ ਘਰੇ ਹੀ ਅਤੇ ਬਲੌਗ ਜਿਹੜਾ ਹੈ ਜਿਸ ਸ਼ੁਰੂ ਕੀਤਾ ਹਾ ਅਤੇ ਘਰੋਂ ਕੀਤਾ ਸ਼ੁਰੂ ਕਿਸੇ ਨੇ ਲਿਆ ਜਲਿਆ ਮੈਂ ਅਤੇ ਹੁਣ ਬਲੌਗ ਜਿਹੜਾ ਇੱਥੇ ਖਤਮ ਕਰਨੇ ਅਤੇ ਦੋਸਤੋ ਕਿਵੇਂ ਲੱਗਾ ਤੁਹਾਨੂੰ ਸਾਡਾ ਬਲੌਗ ਕਮੈਂਟ ਕਰੀ ਜਿਹੜਾ ਜ਼ਰੂਰ ਦੱਸਿਓ ਔਰ ਤੁਹਾਡੇ ਲਾਗੇ ਬੰਨੇ ਵੀ ਕੋਈ ਨਹਿਰ ਹੈ
ਤੁਸੀਂ ਵੀ ਮਜ਼ਾ ਲਓ ਪੂਰਾ, ਅਸੀਂ ਤਾਂ ਲਿਆ ਆ। ਚਲੋ ਚਲ ਫਿਰ ਵਲੌਗ ਸ਼ੇਅਰ ਕਰੋ। ਜੈ ਸ਼੍ਰੀ ਰਾਮ।